ਤੇ ਫਾਈਨਲੀ ਦੋਸਤੋ ਮਿੱਤਰਾਂ ਦਾ ਚੱਲਿਆ ਟਰੱਕ ਨਹੀਂ ਤੇ ਦੋਹਾਂ ਦਿਨਾਂ ਦਾ ਬਾਕਸ ਆਫਿਸ ਕਲੈਕਸ਼ਨ ਚੈੱਕ ਕਰਦੇ ਹਾਂ ਔਰ ਨਾਲ ਦੇ ਨਾਲ ਤੁਹਾਨੂੰ ਦੱਸਦੇ ਹਾਂ ਕਿ ਗਿੱਪੀ ਗਰੀਵਾਲ ਸਾਹਿਬ ਨੇ ਕਰ ਦਿੱਤਾ ਹੈ ਵੱਡਾ ਹੀ ਖੜਾਕ ਤੇ 2025 ਦੀ ਸਭ ਤੋਂ ਬਿਗੈਸਟ ਫਿਲਮ ਜਿਹੜੀ ਹੈ ਉਸ ਦੀ ਅਨਾਊਂਸਮੈਂਟ ਕਰ ਦਿੱਤੀ ਹੈ ਆਕਾਲ ਫਿਲਮ ਦੀ ਤੇ ਤੁਹਾਨੂੰ ਦੱਸਦੇ ਹਾਂ ਇਸ ਮੂਵੀ ਦੇ ਬਾਰੇ ਵੀ ਤੇ ਚਲੋ ਵੀਡੀਓ ਸਟਾਰਟ ਕਰਦੇ ਹਾਂ ਲੇਕਿਨ ਉਸ ਤੋਂ ਪਹਿਲਾਂ ਮੇਰੀ ਇੱਕ ਛੋਟੀ ਜਿਹੀ ਰਿਕੁਐਸਟ ਹੈ ਕਿ ਅਗਰ ਤੁਸੀਂ ਹੋ ਫੈਨ ਗਿੱਪੀ ਗਰੀਵਾਲ ਸਾਹਿਬ ਦੇ ਜਾਂ ਫਿਰ ਤੁਹਾਨੂੰ ਅੱਛੇ ਲੱਗਦੇ ਹਨ ਅਰਮਿੰਦਰ ਗਿੱਲ ਸਾਹਿਬ ਕਮੈਂਟ ਬਾਕਸ ਦੇ ਅੰਦਰ ਉਹਨਾਂ ਦਾ ਨਾਂ ਜ਼ਰੂਰ ਮੈਨਸ਼ਨ ਕਰਦੇ ਜਾਣਾ ਔਰ ਵੀਡੀਓ ਨੂੰ ਲਾਈਕ ਕਰਨਾ ਵੀ ਬਿਲਕੁਲ ਵੀ ਨਾ ਭੁੱਲਣਾ ਤੁਹਾਨੂੰ ਦੱਸੀਏ ਕਿ ਅਰਮਿੰਦਰ ਗਿੱਲ ਸਾਹਿਬ ਹੋਰਾਂ ਟਰੱਕ ਚਲਾ ਦਿੱਤਾ ਹੈ ਔਰ ਜ਼ੋਰਾਂ ਸ਼ੋਰਾਂ ਦੇ ਉੱਤੇ ਰੋਡ ਦੇ ਉੱਤੇ ਟਰੱਕ ਭੱਜਦਾ ਨਜ਼ਰ ਆ ਰਿਹਾ ਹੈ ਇੰਡੀਆ ਦੇ ਅੰਦਰ ਇਸ ਫਿਲਮ ਨੇ ਆਪਣੇ ਓਪਨਿੰਗ ਡੇ ਦੇ ਉੱਤੇ 70 ਲੱਖ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਇਕੱਠਾ ਕਰ ਲਿਆ ਹੈ ਜਿਹੜਾ ਕਿ ਗ੍ਰਾਸ ਕਲੈਕਸ਼ਨ ਹੈ ਔਰ ਓਵਰਸੀਜ਼ ਦੇ ਅੰਦਰ ਇਸ ਫਿਲਮ ਨੇ 1.5 ਤੋਂ 2 ਕਰੋੜ ਦੇ ਬਾਕਸ ਆਫਿਸ ਕਲੈਕਸ਼ਨ ਇਕੱਠਾ ਕੀਤਾ ਹੈ ਜਿਹੜਾ ਕਿ ST ਮੇਟਿਡ ਹੈ ਇੰਡੀਆ ਦਾ ਔਰ ਓਵਰਸੀਜ਼ ਦਾ ਦੋਵੇਂ ਬਾਕਸ ਆਫਿਸ ਕਲੈਕਸ਼ਨ ਇਕੱਠੇ ਕਰ ਲਈਏ ਤੇ ਵਰਲਡ ਵਾਈਡ ਇਸ ਫਿਲਮ ਨੇ 2 ਕਰੋੜ ਤੇ 10 ਲੱਖ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਇਕੱਠਾ ਕਰ ਲਿਆ ਹੈ ਜਿਹੜਾ ਕਿ ਐਸਟੀ ਮੇਟਿਡ ਹੈ ਆਪਣੇ ਸੈਕੰਡ ਡੇ ਦੇ ਉੱਤੇ ਫਿਲਮ ਵਰਲਡ ਵਾਈਡ 2 ਤੋਂ 3 ਕਰੋੜ ਰੁਪਏ ਦੇ ਦਰਮਿਆਨ ਰਹਿਣ ਵਾਲੀ ਹੈ ਤੁਸੀਂ ਜਾਣਦੇ ਹੋ ਟਾਈਮਿੰਗ ਦਾ ਫਰਕ ਹੈ ਓਵਰਸੀਜ਼ ਦਾ ਔਰ ਇੰਡੀਆ ਦਾ ਇਸ ਕਰਕੇ ਜਿਸ ਤਰ੍ਹਾਂ ਹੀ ਕੋਈ ਰਿਪੋਰਟ ਮਿਲੇਗੀ ਤੁਹਾਨੂੰ ਕਨਫਰਮ ਰਿਪੋਰਟ ਮੈਂ ਜ਼ਰੂਰ ਅਗਲੀ ਕਿਸੇ ਵੀ ਵੀਡੀਓ ਦੇ ਵਿੱਚ ਦੱਸ ਦਵਾਂਗਾ ਗਿੱਪੀ ਗਰੀਵਾਲ ਸਾਹਿਬ ਵੱਡਾ ਹੀ ਖੜਾਕ ਕਰ ਦਿੱਤਾ ਹੈ ਔਰ 10 ਅਪ੍ਰੈਲ 2025 ਨੂੰ ਯਾਨੀ ਕਿ ਨੈਕਸਟ ਈਅਰ ਦੇ ਉੱਤੇ ਵਿਸਾਖੀ ਦੇ ਉੱਤੇ ਆਕਾਲ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦੇ ਅੰਦਰ ਗੁਰਪ੍ਰੀਤ ਗੋਕੀ ਪ੍ਰਿੰਸ ਕਵਲਜੀਤ ਔਰ ਨਿਹਾਇਤ ਹੀ ਖੂਬਸੂਰਤ ਅਦਾਕਾਰਾ ਨਿਮਰਤ ਖੈਰਾ ਵੀ ਤੁਹਾਨੂੰ ਵੇਖਣ ਕਨੀ ਮਿਲਣਗੇ ਬੇਸਿਕਲੀ ਫਿਲਮ ਦੀ ਜਿਹੜੀ ਸਟੋਰੀ ਹੈ ਟ੍ਰਿਊ ਇਵੈਂਟ ਤੇ ਬਣਾਈ ਗਈ ਹੈ ਔਰ ਇਸ ਦੇ ਵਿੱਚ ਜਿਹੜੇ 6 ਵਾਰੀਅਰ ਸਨ ਵੱਡੇ ਵੱਡੇ ਜਿਹੜੇ ਹੈ ਸਨ ਬਹਾਦਰ ਲੋਕ ਉਹਨਾਂ ਦੇ ਉੱਤੇ ਬੇਸ ਕਰਦੀ ਹੈ ਫਿਲਮ ਹੈ ਤੇ ਚਲੋ ਇੰਤਜ਼ਾਰ ਕਰਦੇ ਹਾਂ ਫਿਰ 10 ਅਪ੍ਰੈਲ 2025 ਦਾ ਤੁਸੀਂ ਕਿੰਨਾ ਕੁ ਵੇਟ ਕਰ ਰਹੇ ਹੋ ਇਸ ਫਿਲਮ ਦਾ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਆਪਣਾ ਤੇ ਆਪਣੀ ਫੈਮਿਲੀ ਦਾ ਬਹੁਤ ਬਹੁਤ ਖਿਆਲ ਰੱਖਣਾ ਔਰ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਵੀ ਨਾ ਭੁੱਲਣਾ।